ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਭੰਮਾ ਕਲਾਂ ਦੇ ਨੌਜਵਾਨ ਜਸਦੀਪ ਸਿੰਘ ਦੀ ਗੋਲੀ ਲੱਗਣ ਕਰਕੇ ਅਮਰੀਕਾ 'ਚ ਮੌਤ ਹੋ ਗਈ। ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਜਸਦੀਪ ਸਿੰਘ ਦੇ ਕਿਸੇ ਨੇ ਗੋਲੀ ਮਾਰੀ ਹੈ, ਜਸਦੀਪ ਆਪਣੇ ਆਪ ਨੂੰ ਗੋਲੀ ਨਹੀਂ ਮਾਰ ਸਕਦਾ। ਫਿਲਹਾਲ ਅਮਰੀਕਾ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਜਸਦੀਪ ਦੀ ਮੌਤ ਕਿਉਂ ਹੋਈ ਹੈ, ਕਿ ਜਸਦੀਪ ਨੇ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਫਿਰ ਕਿਸੇ ਦੇ ਵੱਲੋਂ ਜਸਦੀਪ ਦਾ ਕਤਲ ਕੀਤਾ ਗਿਆ। 5 ਸਾਲ ਪਹਿਲਾਂ ਜਸਦੀਪ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਤੇ ਹੁਣ ਉਹ ਵਾਪਸ ਘਰ ਆਉਣ ਦੀਆਂ ਤਿਆਰੀਆਂ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਕਿ ਜਸਦੀਪ ਹੱਸਦਾ ਖੇਡਦਾ ਨਹੀਂ ਬਲਕਿ ਮ੍ਰਿਤਕ ਦੇਹ ਬਣ ਕੇ ਸਾਡੇ ਕੋਲ ਆਵੇਗਾ। ਇਹਦਾ ਨਾਂ ਜਸਦੀਪ ਸਿੰਘ, ਉਦਾਂ ਜੱਸੂ ਕਹਿ ਦਿੰਦੇ ਨਿਕਨੇਮ। ਹੁਣ ਘਰੋਂ ਗਿਆ ਵਾ, ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਸ ਤੋਂ ਬਾਅਦ ਇਹਨੇ ਕੌਫੀ ਪੀਤੀ ਆ। ਉਹ ਅਸੀਂ ਸਟੇਟਮੈਂਟਾਂ ਕਢਾ ਕੇ ਦੇਖੀਆਂ ਨੇ, ਕੋਈ ਗੱਲ ਨਹੀਂ ਸੀ ਇੱਦਾਂ ਦੀ, ਫੋਨ 'ਤੇ ਨੋਰਮਲ ਗੱਲ ਕਰਦਾ ਸੀਗਾ ਨਾ। ਉਦੋਂ ਥੋੜ੍ਹੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ, ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ। ਉਦੋਂ ਥੋੜ੍ਹੇ ਟਾਈਮ ਬਾਅਦ ਫੋਨ ਸਵਿੱਚ ਔਫ ਹੋ ਗਿਆ ਅਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸਮਾਰ ਕੇ ਮੂੰਹ ਦਿਖਾ, ਕਹਿੰਦੇ ਲੈ ਉਹ ਦੇਖ ਲਓ, ਸਮਾਰ ਕੇ ਦੇਖ ਲਓ। ਉਸ ਤੋਂ ਬਾਅਦ ਫੋਨ ਸਵਿੱਚ ਔਫ ਹੋ ਗਿਆ। ਉਦੋਂ ਬਾਅਦ ਪਤਾ ਨਹੀਂ ਵੀਰੇ ਗੱਲ ਕੀ ਆ ਕੀ ਨਹੀਂ, ਕਿਉਂਕਿ ਸੁਸਾਈਡ ਉਹ ਕਰ ਹੀ ਨਹੀਂ ਸਕਦਾ ਯਾਰ, ਸਾਨੂੰ ਤਾਂ ਲੱਗਦਾ ਨਹੀਂ। ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ। ਇਹ ਗੋਲੀ ਵੱਜੀ ਹੋਈ ਸੀ? ਉਹਦੇ ਗੋਲੀ, ਹਾਂਜੀ, ਇੱਧਰੋਂ ਦੀ ਮਾਰ ਕੇ ਇੱਧਰ ਦੀ ਨਿਕਲੀ ਹੋਈ ਸੀਗੀ ਗੋਲੀ। ਅਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ। ਕੰਮ ਕੀ ਕਰਦਾ ਸੀ ਉੱਥੇ? ਉੱਥੇ ਟਰੱਕ ਚਲਾਉਂਦਾ ਸੀ। ਕਿਹੜੇ ਸ਼ਹਿਰ ਰਹਿੰਦਾ ਸੀ? ਇਹ ਬੇਕਰਸਫੀਲਡ, ਹਾਂਜੀ। ਇਹਨੂੰ ਹੋ ਗਏ ਜੀ ਤਕਰੀਬਨ 5.5 ਸਾਲ, ਹਾਂਜੀ। ਅੱਜ ਇੱਥੇ ਸੰਸਕਾਰ ਕੀਤਾ ਗਿਆ? ਹਾਂਜੀ, ਅੱਜ ਇੱਥੇ ਸੰਸਕਾਰ ਕੀਤਾ ਸੀਗਾ ਜੀ ਉੱਥੇ? ਹਾਂਜੀ ਹਾਂਜੀ, ਗ੍ਰੀਨ ਕਾਰਡ ਹੋਲਡਰ ਸੀਗਾ। ਠੀਕ ਹੈ ਜੀ, ਹਾਂਜੀ। ਮੈਰਿਜ ਹੋਈ ਸੀ? ਨਹੀਂ ਨਹੀਂ ਜੀ, 22 ਸਾਲ ਦੀ ਉਮਰ ਸੀ ਸਾਰੀ, ਅਜੇ 23 ਮਹੀਨੇ ਲੱਗਿਆ ਸੀਗਾ। ਮੈਰਿਜ ਦੀ ਕਾਰਡ ਐਸੀ ਪਲਾਨ, ਬਸ 2 ਸਾਲਾਂ ਤੱਕ। ਇਹ ਬਾਹਰ ਸੀਗਾ ਜੀ, ਅਮਰੀਕਾ? ਅਮਰੀਕਾ ਜੀ, ਹਾਂਜੀ। ਅੱਛਾ, ਉੱਥੇ ਪਤਾ ਨਹੀਂ ਲੱਗਿਆ ਵੀ ਕੀ, ਹੁਣ 21-22 ਦਿਨ ਬਾਅਦ ਆਇਆ ਜੀ। ਡੈਡ ਬੋਡੀ? ਹਾਂਜੀ। ਕਿੱਦਾਂ ਹੋਇਆ ਹਾਸਾ? ਨਹੀਂ ਪਤਾ ਲੱਗਿਆ ਗੋਲੀ ਕਿੱਦਾਂ ਲੱਗੀ? ਇਹ ਤਾਂ ਨਹੀਂ ਪਤਾ ਲੱਗਿਆ ਜੀ ਕਿੱਦਾਂ ਹੋਇਆ ਜੀ। ਹਾਂਜੀ, ਅੱਛਾ, ਸੰਸਕਾਰ ਕੀਤਾ ਗਿਆ ਪਿੰਡ ਦੇ ਵਿੱਚ? ਅੱਜ ਸੰਸਕਾਰ ਕਰਿਆ ਜੀ। ਕਿਹਦਾ? ਇਹ ਦਲਜੀਤ ਸਿੰਘ ਮਾਂਗੜ ਦਾ ਮੁੰਡਾ ਸੀਗਾ ਜੀ। ਕਿੰਨੀ ਉਮਰ ਸੀ ਜੀ? 23 ਸਾਲ ਲੱਗਿਆ ਗਾ ਜੀ। ਅੱਛਾ, ਹਾਂਜੀ। ਮੈਰਿਜ ਹੋਈ ਸੀ? ਨਹੀਂ, ਮੈਰਿਜ ਨਹੀਂ। ਕੋਈ ਭੈਣ ਭਾਈ ਕੋਈ ਨਹੀਂ? ਹੋ ਰਿਹਾ ਜੀ, ਇਕਲੌਤੇ ਸੀ? ਹਾਂਜੀ, ਇਕਲੌਤੇ ਸੀ। ਕਿੰਨਾ ਸਮਾਂ ਹੋ ਗਿਆ ਸੀ ਗਏ ਨੂੰ? ਗਰੇ ਇਹਨੂੰ ਹੋ ਗਏ 6-7 ਸਾਲ। ਕੋਈ ਸ਼ਮਸ਼ਾਨ ਘਾਟ ਖੜਿਆ ਸਾਡੇ ਹਲਕੇ 'ਚ, ਬਹੁਤ ਮਾੜੀ ਘਟਨਾ। ਜੋ 6 ਸਾਲ ਪਹਿਲਾਂ ਸਾਡੇ ਭਰਾ ਦਲਜੀਤ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ USA ਭੇਜਿਆ ਸੀ, ਸੋ ਸਾਲ ਪਹਿਲਾਂ PR ਵੀ ਹੋ ਗਈ, ਪੜ੍ਹਾਈ ਵੀ ਹੋ ਗਈ। ਸੋ ਕੁਝ ਗੈਂਗਸਟਰ ਹੀ ਕਹਾਂਗੇ ਜਿਹੜਾ ਨੇ ਆ ਕੇ ਭਰਾ ਦੇ ਬੇਟੇ ਨੂੰ ਜਸਦੀਪ ਨੂੰ ਗੋਲੀ ਮਾਰੀ। 3 ਤਰੀਕ ਦੀ ਘਟਨਾ, ਸੋ ਕੱਲ੍ਹ ਡੈੱਡ ਬੋਡੀ ਆਈ ਹੈ। ਸੋ ਅੱਜ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ। ਪੂਰੇ ਹਲਕੇ 'ਚ ਸੋਗ ਦੀ ਲਹਿਰ ਆ, ਇੰਨਾ ਸਾਰੇ ਹਲਕਾ ਇਸ ਵੱਲੋਂ ਵੀ ਸ਼ਮਸ਼ਾਨ ਘਾਟ ਅੱਜ ਉਹਨਾਂ ਦੇ ਲਾਸਟ ਦਰਸ਼ਨ ਕੀਤੇ ਆ ਅਤੇ ਬਹੁਤ ਦੁੱਖਦਾਈ ਖਬਰ ਹੈ। ਸੋ ਮਨ ਨੂੰ ਉਦਾਸ ਹੈ ਵੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ, ਜਵਾਨ ਮੌਤ, ਜਵਾਨ ਬੱਚੇ ਮਾਂ ਪਿਓ ਦੇ ਚੱਲ ਜਾਂਦੇ ਆ। ਸੋ ਉਹਨਾਂ ਦੇ ਅੱਗੇ ਰਹਿਣ ਨੂੰ ਕੱਖ ਨਹੀਂ, ਇਕੱਲਾ ਇਕੱਲਾ ਪੁੱਤ ਸੀ। ਬਹੁਤ ਮਾੜੀ ਖਬਰ ਹੈ, ਬਹੁਤ ਦਿਲ ਦੁੱਖ ਹੈ, ਖੜ੍ਹੇ ਹਾਂ ਜੀ ਸੋਗ ਦੇ ਵਿੱਚ। ਪਰ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜਿਹੀ ਕਿਸੇ ਦੁਸ਼ਮਣ ਨੂੰ ਵੀ ਨਾ, ਇਹੋ ਜਿਹੀ ਉਹਦੇ ਪਰਿਵਾਰ 'ਚ ਦੁੱਖ ਆਵੇ, ਇਹੋ ਜਿਹੀ ਮੌਤ ਨਾ ਆਵੇ। ਸੋ ਬਹੁਤ ਮਾੜੀ ਜਿਹੜੀ ਮੌਤ ਹੈ ਇਸ ਪਰਿਵਾਰ ਨਾਲ ਹੋਈ ਹੈ, ਸਾਡੇ ਹਲਕੇ 'ਚ ਹੋਈ ਹੈ। ਬਹੁਤ ਪਰਮਾਤਮਾ ਨੂੰ ਇਹੀ ਬੇਨਤੀ ਕਰਦੇ ਕਿ ਇਹੋ ਜਿਹੀ ਘਟਨਾ ਕਿਸੇ ਪਰਿਵਾਰ ਨਾਲ ਨਾ ਵਰਤੇ।